ਮੋਢਿਆਂ ਤੇ ਪਾ ਕੇ ਮੇਰਾ ਮੂੰਹ ਘੁੱਟ ਕੇ ਮੈਨੂੰ ਜ਼ਬਰਦਸਤੀ ਨਾਲ ਕਬਰਾਂ 'ਚ ਲੈ ਕੇ ਚਲਾ ਗਿਆ। ਮੇਰੀ ਰਜ਼ਾਬੰਦੀ ਤੋਂ ਬਗੈਰ ਉਹਨੇ ਮੇਰੇ ਨਾਲ ਬਲਾਤਕਾਰ ਕੀਤਾ। ਮੇਰਾ ਚਾਚਾ ਵੀ ਆ, ਮੇਰਾ ਪਿਓ ਵੀ ਆ, ਮੇਰੇ ਨਾਲ ਇੱਦਾਂ ਨਾ ਕਰ, ਕਹਿੰਦਾ ਨਹੀਂ ਅੱਜ ਨਹੀਂ ਤੂੰ ਮੇਰੀ ਕੁਝ ਵੀ ਲੱਗਦੀ ਹੈ। ਬਟਾਲਾ ਪੁਲਿਸ ਦੇ ਅਧੀਨ ਪੈਂਦੇ ਇੱਕ ਪਿੰਡ ਦੀ 18 ਸਾਲਾ ਲੜਕੀ ਪੁਲਿਸ ਕੋਲੋਂ ਇਨਸਾਫ ਦੀ ਗੁਹਾਰ ਲਗਾ ਰਹੀ ਹੈ। ਮਾਮਲਾ ਹੈ ਬਲਾਤਕਾਰ ਦਾ। ਪੀੜਿਤ ਲੜਕੀ ਦਾ ਕਹਿਣਾ ਹੈ ਕਿ ਕਰੀਬ 1 ਮਹੀਨਾ ਪਹਿਲਾਂ ਉਸ ਦੇ ਚਾਚੇ ਵੱਲੋਂ ਉਸ ਨਾਲ ਜ਼ਬਰਦਸਤੀ ਰਾਤ ਦੇ ਵੇਲੇ ਬਲਾਤਕਾਰ ਕੀਤਾ ਗਿਆ, ਜਿਸ ਦੀ ਇਤਲਾਹ ਉਹਨਾਂ ਵੱਲੋਂ ਪੁਲਿਸ ਨੂੰ ਦਿੱਤੀ ਗਈ, ਪਰ ਪੁਲਿਸ ਗੂੜੀ ਨੀਂਦੇ ਸੁੱਤੀ ਰਹੀ। ਮਾਮਲਾ ਦਰਜ ਤਾਂ ਕਰ ਲਿਆ ਗਿਆ, ਪਰ ਹੁਣ ਤੱਕ ਆਰੋਪੀ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ। ਪੀੜਤਾ ਨੇ ਕਿਹਾ ਕਿ ਉਸਦੇ ਪਰਿਵਾਰ 'ਚ ਉਸਦੀ ਇਕਲੌਤੀ ਮਾਂ ਹੈ ਅਤੇ ਕਰੀਬ 1 ਮਹੀਨੇ ਪਹਿਲਾਂ ਉਸਦਾ ਚਾਚਾ ਉਸਨੂੰ ਜ਼ਬਰਦਸਤੀ ਘਰੋਂ ਲੈ ਗਿਆ ਸੀ ਅਤੇ ਬਾਅਦ ਵਿੱਚ ਪਿੰਡ ਦੀਆਂ ਮੜੀਆਂ 'ਚ ਲਿਜਾ ਕੇ ਉਸ ਨਾਲ ਗਲਤ ਹਰਕਤਾਂ ਕੀਤੀਆਂ। ਪੀੜਤਾ ਨੇ ਕਿਹਾ ਕਿ ਉਸ ਵੱਲੋਂ ਲਗਾਤਾਰ ਵਿਰੋਧ ਕਰਨ ਤੇ ਵੀ ਚਾਚਾ ਬਾਜ ਨਹੀਂ ਆਇਆ, ਜਿਸ ਤੋਂ ਬਾਅਦ ਉਸਨੇ ਇਸ ਘਟਨਾ ਬਾਰੇ ਆਪਣੀ ਭੂਆ ਨੂੰ ਦੱਸਿਆ ਅਤੇ ਉਸ ਤੋਂ ਬਾਅਦ ਪੁਲਿਸ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ, ਜਿਸ ਤੇ ਉਸਦਾ ਮੈਡੀਕਲ ਵੀ ਹੋਇਆ ਅਤੇ ਪੁਲਿਸ ਵੱਲੋਂ ਮਾਮਲਾ ਦਰਜ ਵੀ ਕਰ ਲਿਆ ਗਿਆ। ਪਰ ਹੁਣ ਤੱਕ ਕਾਰਵਾਈ ਦੇ ਨਾਮ ਤੇ ਹੋਈ ਹੈ ਤੇ ਸਿਰਫ ਖਾਨਾਪੂਰਤੀ, ਹੁਣ ਤੱਕ ਆਰੋਪੀ ਦੀ ਗ੍ਰਿਫਤਾਰੀ ਨਹੀਂ ਹੋਈ। ਉਲਟਾ ਚਾਚੇ ਵੱਲੋਂ ਉਹਨਾਂ ਦੇ ਪਰਿਵਾਰ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ। 3 ਤਰੀਕ 9ਵਾਂ ਮਹੀਨਾ 2020 ਦੀ ਰਾਤ 10 ਵਜੇ ਦੀ ਗੱਲ ਆ ਸਰ। ਮੇਰਾ ਚਾਚਾ ਵਾ ਅਮਨਦੀਪ ਸਿੰਘ, ਉਹ ਸਾਡੇ ਘਰ ਆਇਆ ਸੀ ਸਰ। ਉਹ ਸਾਡੇ ਘਰ ਆਇਆ, ਅਸੀਂ ਰੋਟੀ ਖਾ ਕੇ 10 ਵਜੇ ਸੌਣ ਲੱਗੇ ਸੀ। ਅਮਨਦੀਪ ਸਿੰਘ ਮੈਨੂੰ ਘਰ ਆਣ ਕੇ ਕਹਿਣ ਲੱਗਾ ਕਿ ਆਪਾਂ ਚੱਲ, ਤੂੰ ਮੇਰੇ ਨਾਲ ਦੁਕਾਨ 'ਤੇ ਚੱਲ। ਮੈਂ ਕਿਹਾ ਕਿ ਚਾਚਾ ਨਹੀਂ, ਮੈਂ ਤੇਰੇ ਨਾਲ ਦੁਕਾਨ 'ਤੇ ਨਹੀਂ ਜਾਣਾ। ਕਹਿੰਦਾ ਕਿ ਨਹੀਂ ਚੱਲੀਏ ਦੁਕਾਨ 'ਤੇ, ਤੂੰ ਮੇਰਾ ਪੁੱਤ ਆ, ਮੇਰੀ ਧੀ ਆ, ਦੁਕਾਨ 'ਤੇ ਚੱਲੀਏ। ਅਤੇ ਬਾਅਦ ਵਿੱਚ ਮੰਮੀ ਨੂੰ ਕਹਿੰਦੇ, ਮੈਂ ਕਿਹਾ ਕਿ ਮੰਮੀ ਤੁਸੀਂ ਨਾਲ ਚੱਲ ਜਾਓ। ਮੰਮੀ ਕਹਿੰਦੇ ਚੱਲ ਮੈਂ ਦੁਕਾਨ 'ਤੇ ਨਾਲ ਚਲੀ ਜਾਂਦੀ ਹਾਂ। ਮੰਮੀ ਨੂੰ ਚਪੇੜ ਮਾਰ ਕੇ ਧੱਕਾ ਦੇ ਕੇ ਥੱਲੇ ਸੁੱਟ ਗਿਆ। ਕਹਿੰਦਾ ਕਿ ਨਹੀਂ, ਤੂੰ ਸਾਡੇ 'ਤੇ ਸ਼ੱਕ ਕਰਦੀ ਹੈ, ਮੇਰੀ ਧੀ ਆ ਉਹ, ਮੈਂ ਉਹਨੂੰ ਧੀ ਬਣਾ ਕੇ ਦੁਕਾਨ 'ਤੇ ਖੜਾਂਗਾ। ਮੈਨੂੰ ਉਹ ਦੁਕਾਨ 'ਤੇ ਲੈ ਕੇ ਚਲਾ ਗਿਆ। ਕਹਿੰਦਾ ਕਿ ਲਾਗੇ ਦੁਕਾਨ ਆ, ਇੱਥੇ ਨਾਲ ਦੀ ਦੁਕਾਨ ਦੇ ਸਾਹਮਣੇ ਸਾਡੇ ਘਰ ਦੀ ਦੁਕਾਨ ਆ, ਕਹਿੰਦਾ ਉੱਥੇ ਜਾਣਾ ਵਾ। ਮੈਨੂੰ ਉੱਥੋਂ ਦੁਕਾਨ ਤੋਂ ਖੜਿਆ, ਉਹ ਦੁਕਾਨ ਦਾ ਦਰਵਾਜ਼ਾ ਬੰਦ ਸੀ, ਅਤੇ ਮੈਨੂੰ ਕਹਿੰਦਾ ਕਿ ਚੱਲ ਅਗਲੀ ਦੁਕਾਨ 'ਤੇ ਚਲੇ ਜਾਂਦੇ। ਮੈਂ ਅਗਲੀ ਦੁਕਾਨ 'ਤੇ ਉਹਦੇ ਨਾਲ ਗਈ, ਉੱਥੋਂ ਉਹਨੇ ਚੈਣੀ ਖੈਣੀ, ਕਹਿੰਦਾ ਵੀ ਚੈਣੀ ਖੈਣੀ ਲੈਣੀ, ਨਾਲ ਤੈਨੂੰ ਕੁਰਕਰੇ ਲੈ ਕੇ ਦਊਂਗਾ। ਮੈਨੂੰ ਦੁਕਾਨ 'ਤੇ ਲੈ ਕੇ ਚਲਾ ਗਿਆ, ਉੱਥੋਂ ਚੈਣੀ ਖੈਣੀ ਲੈ ਕੇ ਕਹਿੰਦਾ ਕਿ ਮੇਰੇ ਮਤਲਬ ਫਾਦਰ ਸਾਹਿਬ ਵਰੀਆਂ ਤੇਰੀ ਮੰਮੀ ਨੂੰ ਗਾਲਾਂ ਦੇ ਰਹੇ ਆ, ਅਤੇ ਚੱਲ ਸਰਪੰਚ ਦੇ ਘਰ ਚੱਲੀਏ, ਨਾ ਥਾਣੇ ਦਰਖਾਸਤ ਦਿੱਤੀ ਆ, ਸਰਪੰਚ ਨੂੰ ਕਹਿ ਕੇ ਆਈਏ। ਮੈਂ ਕਿਹਾ ਚਾਚਾ ਮੈਂ ਨਹੀਂ ਤੇਰੇ ਨਾਲ ਜਾਣਾ ਹੈਗਾ। ਮੈਂ ਵਾਪਸ ਮੋੜ ਆਈ, ਮੈਨੂੰ ਖਿੱਚ ਕੇ ਇਹਨੇ ਬਾਂਹ ਤੋਂ ਫੜ ਕੇ ਲੈ ਕੇ ਚਲਾ ਗਿਆ ਵਾ ਸਰਪੰਚ ਦੇ ਘਰ। ਮੈਂ ਸਰਪੰਚ ਦਾ ਦਰਵਾਜ਼ਾ ਖੜਕਾਉਣ ਲੱਗੀ, ਉਹਨੇ ਮੈਨੂੰ ਸਰਪੰਚ ਦਾ ਦਰਵਾਜ਼ਾ ਨਹੀਂ ਖੜਕਾਉਣ ਦਿੱਤਾ। ਮੈਨੂੰ ਚੁੱਕ ਕੇ ਮੋਢਿਆਂ 'ਤੇ ਪਾ ਕੇ ਮੇਰਾ ਮੂੰਹ ਘੁੱਟ ਕੇ ਮੈਨੂੰ ਉਹ ਜ਼ਬਰਦਸਤੀ ਨਾਲ ਕਬਰਾਂ 'ਚ ਲੈ ਕੇ ਚਲਾ ਗਿਆ। ਮੇਰੀ ਰਜ਼ਾਬੰਦੀ ਤੋਂ ਬਗੈਰ ਉਹਨੇ ਮੇਰੇ ਨਾਲ ਬਲਾਤਕਾਰ ਕੀਤਾ। ਮੈਂ ਉਹਦੇ ਅੱਗੇ ਮਤਲਬ ਪੈਰੀ ਪਈ ਬੜਾ, ਮੈਂ ਰੋਈ। ਮੈਂ ਕਿਹਾ ਚਾਚਾ ਤੂੰ ਮੇਰਾ ਨਾ ਕਰ, ਤੂੰ ਮੇਰਾ ਚਾਚਾ ਵੀ ਆ, ਮੇਰਾ ਪਿਓ ਵੀ ਆ, ਮੇਰੇ ਨਾਲ ਇੱਦਾਂ ਨਾ ਕਰ। ਕਹਿੰਦਾ ਨਹੀਂ ਅੱਜ ਨਹੀਂ ਤੂੰ ਮੇਰੀ ਕੁਝ ਵੀ ਲੱਗਦੀ ਹੈਗੀ। ਕਹਿੰਦਾ ਕਿ ਜੇ ਤੂੰ ਰੌਲਾ ਪਾਇਆ ਜਾਂ ਕਿਸੇ ਨੂੰ ਦੱਸਿਆ ਤਾਂ ਮੈਂ ਤੈਨੂੰ ਜਾਨੋਂ ਮਾਰ ਦੇਵਾਂਗਾ। ਮੈਨੂੰ ਧਮਕੀਆਂ ਲੰਦਾ ਸੀ, ਕਦੀ ਮੈਂ ਤੈਨੂੰ ਮੁੰਡੇ ਸੱਦੂੰਗਾ, ਮੈਂ ਮੁੰਡੇ ਆਪਣੀ ਸੇਫਟੀ ਵਾਸਤੇ ਨਾਲ ਲਿਆਂਦੇ, ਅਤੇ ਨਾ ਉੱਦਾਂ ਕਰੂੰ ਉੱਦਾਂ ਕਰੂੰਗਾ, ਧਮਕੀਆਂ ਲੰਦਾ ਸੀ। ਕੋਈ ਕਾਰਵਾਈ ਨਹੀਂ ਹੋ ਰਹੀ, ਕੋਈ ਸੁਣਵਾਈ ਨਹੀਂ ਸਾਡੀ, ਕੋਈ ਸੁਣਦਾ ਨਹੀਂ ਪਿਆ, ਸੁਣਵਾਈ ਕੋਈ ਨਹੀਂ ਕਰਦਾ ਪਿਆ, ਕੱਪੜੇ ਵੀ ਲੈ ਗਏ ਆ, ਉਹ ਕੋਈ ਸਾਡੀ ਕਾਰਵਾਈ ਨਹੀਂ ਕਰਦੇ। ਉਧਰ ਪੁਲਿਸ ਅਧਿਕਾਰੀ ਗੁਰਮਿੰਦਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਉਹਨਾਂ ਵੱਲੋਂ ਇੱਕ ਆਰੋਪੀ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਅਧਿਕਾਰੀ ਦਾਅਵਾ ਕਰ ਰਹੇ ਨੇ ਕਿ ਉਹਨਾਂ ਵੱਲੋਂ ਜਲਦੀ ਆਰੋਪੀ ਦੀ ਗ੍ਰਿਫਤਾਰੀ ਕੀਤੀ ਜਾਵੇਗੀ। ਉਹਦੇ ਸੰਬੰਧ 'ਚ ਮੁਕੱਦਮਾ ਦਰਜ ਹੈ ਜੀ 109-49-20-376 IPC ਦਾ, ਥਾਣਾ ਘਣੀਏ ਗਬਾਂਗਰ। ਦੋਸ਼ੀ ਸਾ ਇੱਕੋ ਮੁੰਡਾ ਜੀ, ਘਰੋਂ ਭੱਜਾ, ਘਰ ਉਹਦੇ ਜਿੰਦਰੇ ਲੱਗੇ ਆ, ਘਰ ਦਾ ਕੋਈ ਮੈਂਬਰ ਇੱਥੇ ਨਹੀਂ ਗਾ ਜੀ। ਪਰਿਵਾਰ ਵਾਲਿਆਂ ਦਾ ਇਹ ਕਹਿਣਾ ਕਿ ਪੁਜਾਰੀ ਕਰ ਰਹੀ ਹੈ, ਕੀ ਕਹਿਣਾ ਚਾਹੁੰਦੇ ਤੁਸੀਂ? ਬਿਲਕੁਲ ਕੋਈ ਢਿੱਲੀ ਕਾਰਗੁਜ਼ਾਰੀ ਨਹੀਂ ਗੀ ਜੀ, ਨਾ ਸਾਡੇ 'ਤੇ ਕੋਈ ਸਿਆਸੀ ਦਬਾਅ ਹੈ ਜੀ। ਰੇਪ ਕੇਸ ਵਿੱਚ ਪੀੜਤ ਦੇ ਅਸੀਂ ਨਾਲ ਹਾਂ ਜੀ, ਰੇਡ ਕਰ ਰਹੇ ਉਹਨਾਂ ਦੇ ਰਿਸ਼ਤੇਦਾਰਾਂ ਦੇ ਵਿੱਚ ਵੀ। ਜਿਹੜਾ ਕੋਈ ਜਿਹੜਾ ਤੁਸੀਂ ਮੁਲਜ਼ਮ ਜਿਹਨੂੰ ਨਾਮਜ਼ਦ ਕੀਤਾ, ਉਹਦਾ ਕੋਈ ਅਪਰਾਧਿਕ ਰਿਕਾਰਡ ਪਹਿਲੇ ਹੈਗਾ? ਪਿਛੋਕੜ ਉਹਦਾ ਤਾਂ ਨਹੀਂ, ਉਹ ਤਾਂ ਅਮਲੀ ਟਾਈਪ ਆਦਮੀ ਹੈ ਜੀ। ਕਿੰਨੀ ਕੁ ਦੇਰ ਤੱਕ ਉਹਨੂੰ ਜਿਹੜਾ ਗ੍ਰਿਫਤਾਰ ਕਰ ਲਿਆ? ਕੋਸ਼ਿਸ਼ ਜਾਰੀ ਹੈ, ਅਸੀਂ ਤਾਂ ਕਹਿੰਦੇ ਅੱਜ ਹੀ ਗ੍ਰਿਫਤਾਰ ਹੋ ਜਾਏ ਜੀ। ਹੁਣ ਤੱਕ ਰੇਡ ਕੀਤੇ ਗਏ ਨੇ? ਹਾਂਜੀ, ਸਾਰੇ ਰਿਸ਼ਤੇਦਾਰਾਂ ਉਹਦੇ 'ਚ ਰੇਡ ਕੀਤੀ ਜੀ।